ਇਹ ਜੇ ਬੰਦਾ ਸਰਕਸ ਦੇ ਬਾਹਰ ਬੈਠਾ ਤਾਂ ਭਾਈ ਤੂੰ ਹੀ ਕਿੱਧਰ ਉਹ ਛੋਟਾ ਭਰਾ ਅੰਦਰ ਨੱਚਦਾ ਉਹਦੀ ਤਨਖਾਹ ਲੈਣਾ ਹੈ ਸਰਦਾਰ ਸਾਹਿਬ ਵਰਗੇ ਜਿਹੜੇ ਨਾਚੇ ਹੁੰਦੇ ਨਾ ਨਾਚੇ ਮੌਤ ਦੇ ਖੂਜ ਉਹ ਅਚਾਰ ਦੀ ਫਾੜੀ ਤੇ ਨੱਚੀ ਜਾਣਾ ਗੱਲ ਕੋਈ ਨਹੀਂ ਸੀ ਮੈਂ ਇਹਨੂੰ ਨਚਾ ਕੇ ਹੀ ਖਾਣਾ ਸੀ ਤਾਂ ਕਪੜੀ ਖਤਮ ਨਹੀਂ ਹੋਤੇ ਕੀ ਇਹਦੇ ਘਰ ਦੇ ਹਾਲਾਤ ਸਾਰੇ ਬਾਤ ਕਰੂੰ ਸਰ ਜੀ ਜੀ ਆਪਣਾ ਬ੍ਰਾਹਮੇ ਭਾਈ ਸੁਣਾਓ ਬੰਦਾ ਪੈਂਟ ਕੋਟ ਪਾ ਕੇ ਟਾਈ ਲਾ ਕੇ ਪਰਫਿਊਮ ਲਾ ਕੇ ਬੀਵੀ ਨੂੰ ਕਹਿੰਦਾ ਦੇ ਕੇ 50 ਰੁਪਏ ਉਧਾਰ ਤੇ ਦੇਈ ਜਰਾ ਆਪੀ ਆਪਣੀ ਬੁੱਢੀ ਨੂੰ ਕਹਿੰਦੇ ਅੱਧੇ ਅੱਧੇ ਪੈਸੇ ਪਾ ਕੇ ਰੋਟੀ ਖਾਈਏ ਇਹਨੂੰ ਕਿਉਂ ਕਿਹਾ ਯਾਰ पूरी दुनिया ज़फ़री खान साहब मेरे सामने सर क्या बात यकीन करें बहुत बड़ा फैन हूँ मैं सर आपका एक पार अलग तीन पार अलग ठंडिया हवावां वाला भाजी ठंडिया हवावां वाला कभी खत्म नहीं होते सर ये वो वाकया याद है फैसलाबाद वाला केड़ा सर जब उठे इकट्ठे ड्रामा कर रहे मनरवाज तू मैं विंग पिछे कह के भाई ताडे लोगों की ठंडी हवा नहीं आई इन्हें मैं राती 4 बजे फोन करके होटल बुला के एसी चला के मैं कहा आई है कि नहीं आई फैसलाबाद वाली वाकया मैं समझे मेरे पैसे मोड़न लगे पता नहीं जरा 2030 तक नहीं भूल चलो तुम याद करा रहे कि 2030 तक है मैं जब बंदा सर्कस के बाहर बैठा था भाई तू ही किधर वो छोटा भरा अंदर नचदा उसकी तनखा लेना है सरदार साहब वर्गे जेडे नाचे होंगे ना नाचे मौत दे खूज वो अचार की फाड़ी से नची जाना गल कोई नहीं सी मैं इन्हू नचा के ही खाना सी तां हालात बात करूं सर जी जी अपना ब्रामे भाई सुनाओ बंदा पेंट कोट पा के टाई ला के परफ्यूम ला के बीवी ने कहता देख 50 रुपए उधार दे अपनी बुड्ढी नूं कहंदे अद्धे अद्धे पैसे पा के रोटी खाइए इन्हें क्यों कहा यार फोन का लोड कराया गलती तो किसी होर नंबर से चला गया उन्होंने फोन करके कहते यार गलती ना लोड आ गया वापस कर दे वो बंदा कहता मेरे हल तो 70 आए तो 30 का होर कराता लत खराब है ना लगता अपने पैर से पैर आ गया सर कोई कार मार गया सी सर जी मार गया ला सर एक्सीडेंट हुआ था मेरा कार मार गया था कोई जिदे जो वजह से होदा की हाल है ओ भाई इंटरव्यू दे रहे हैं इससे अच्छा मैं ना इसको जरा हीरो हीरो ले रहा हूं ये बीच में बड़ा शरीर है रिश्ते रिश्ते सर कभी खत्म नहीं होते रिश्ते कभी खत्म नहीं होते खत्म हो जाते आप लाख किसी से किनारा कशी कर लें मिलने का ना मिलने का तहैया कर लें पहचानने से इनकार कर दें लेकिन रिश्ते कभी खत्म नहीं, नहीं होते पानी जिन्ना मर्जी गंदा हो अग बुझाने के काम ते आ ही जाता है फिरौन ने कही सी गल और तुम देख लो एक गल फिरौन ने कही सी सिर्फ उसके पुत्र को समझ आई अच्छा रिश्ते चुप कर दे आप बुजुर्गों मेहरबानी मेहरबानी मेहरबानी
ਜ਼ਿਗ-ਜ਼ੈਗ ਕੀਤਾ ਹੁੰਦਾ ਨਾ ਕਰੋ ਭਾਜੀ ਤੁਹਾਡੀ ਮਿਹਰਬਾਨੀ ਝਾੜੂ ਨਾਲ ਚੋਕਾ ਮਾਰਿਆ ਹੁੰਦਾ ਮਿਹਰਬਾਨੀ ਮੈਨੂੰ ਕਰ ਲੈਂਦੇ ਇਹ ਸ਼ੇਰ ਲਿਖਾ ਹੈ ਮੈਂ ਅੱਛਾ ਇੱਕ ਮਿੰਟ ਤੂੰ ਨਾ ਥੋੜਾ ਜਿਹਾ ਧਿਆਨ ਦੇ ਸਰ ਮੈਂ ਝਾੜੂ ਨਾਲ ਚੋਕਾ ਮਾਰ ਕੇ ਦੇਖੋ ਨਾਲ ਆਪਣੀ ਕਾਪੀ ਖੋਲ ਲੈਣਾ ਉਹ ਚਨਿਆਂ ਚਨਿਆਂ ਵਾਲੀ ਰੇੜੀ ਤੋਂ ਬੰਦਾ ਚਨੇ ਖਾ ਕੇ ਜਾਏ ਨਾ ਜਿਹੜੇ ਥੋੜੇ ਜਿਹੇ ਬਚ ਨਹੀਂ ਜਾਂਦੇ ਉਹ ਖਾ ਕੇ ਤੇ ਉਹਨੂੰ ਕਹਿਣ ਡਿਆ ਹੁਣ ਉਹ ਟੇਸਟ ਜੀਗਾ ਵਾਹ ਯਾਰ ਬੇਗਮ ਨਾਲ ਲੜਾਈ ਹੋਈ ਇਹਨਾਂ ਦੀ ਬੇਗਮ ਨੇ ਲੱਕ 'ਚ ਕੜਾਈ ਮਾਰੀ ਟਾ ਬਾਹਰ ਆ ਕੇ ਯਾਰ ਉਹਨੂੰ ਕਹਿੰਦਾ ਅੱਜ ਮੈਂ ਕੜਾਈ ਖਾ ਕੇ ਆਇਆ ਮਾਸ਼ਾਅੱਲਾ ਤੇਰੀ ਤੇਰੀ ਪ੍ਰੋਬਲਮ ਹੀ ਕੋਈ ਨਹੀਂ ਇੱਕ ਸਾਲ ਲਾ ਕੇ ਬੰਦਾ ਘਰ 'ਚ ਲੇਲਾ ਪਾਲੇ ਨਾ ਤੇ ਇਹੋ ਜਿਹਾ ਪਲਦਾ ਤੇ ਇਹੋ ਜਿਹਾ ਫਿੱਕਾ ਲੇਲਾ ਚੰਦ ਰਾਤ ਨੂੰ ਫੌਤ ਹੋ ਜਾਂਦਾ ਜਿਹੜੀ ਜਿਹੜੀ ਰਾਤ ਸਵੇਰੇ ਬੰਦੇ ਨੇ ਇੰਜ ਕਰਕੇ ਖਾਣੀ ਸੀ ਨਾ ਉਹਦੇ ਤੋਂ ਫੜ ਕੇ ਸੁੱਟਣ ਜਾ ਰਿਹਾ ਨਹੀਂ ਨਹੀਂ ਫੈਸਲ ਭਾਈ ਇਸ ਗੱਲੋਂ ਮਾਸ਼ਾਅੱਲਾ ਵੱਡੀ ਤੇ ਹਾਂਜੀ ਕੀ ਕੀਤਾ ਮੈਂ ਕੀਤਾ ਐਡਾ ਸਸਤਾ ਬੱਕਰਾ ਲਿਆਂਦਾ ਚਾਂਦ ਰਾਤ ਨੂੰ ਬਿੱਲੀ ਲੈ ਗਈ ਆ ਜਿਹੜਾ ਮੈਂ ਬੱਕਰਾ ਬਿੱਲੀ ਲੈ ਕੇ ਜਾ ਰਹੀ ਸੀ ਬਿੱਲੀ ਨੇ ਅਸਲੀ ਪਿੱਛੇ ਨੇ ਛੁਰੀ ਫੜੀ ਕਹਿੰਦਾ ਵੀ ਲੈ ਲੈ ਸਵੇਰੇ ਤੂੰ ਸਿਬਾ ਕਰ ਲਈ ਟੂਟੇ ਰਿਸ਼ਤੋ ਕੀ ਮਾਲਾ ਬੈਠੋ ਬੈਠੋ ਸ਼ਰਬਤ ਨਹੀਂ ਮਿਕਸ ਕਰ ਰਿਹਾ ਹੁੰਦਾ ਇਹੋ ਜਿਹਾ ਉੱਥੇ ਖਲੋ ਕੇ ਕਰ ਹੁੰਦਾ ਇੱਕ ਲੈ ਕੇ ਬਾਜ਼ਾਰ ਫਿਰੀ ਜੇ ਮੈਂ ਕਿਹਾ ਕੀ ਕਹਿੰਦਾ ਮੈਂ ਮਕਾਨ ਵੇਚਣਾ ਸੈਂਪਲ ਲਈ ਫਿਰਦਾ ਨੇਪਾਲ ਤੋਂ ਟੈਟੂ ਬਣਾ ਕੇ ਲਿਆ ਅੱਜ ਤੱਕ ਤੇਰਾ ਸ਼ੇਰ ਬੱਕਰੀ ਜਿਹਾ ਹੋਇਆ ਕੁਛ ਨਹੀਂ ਹੁੰਦਾ ਕੁਛ ਨਹੀਂ ਸਰ ਮੈਂ ਰਿਸ਼ਤੋ ਕੀ ਬਾਤ ਕਰ ਰਿਹਾ ਥਾ ਕਿ ਰਿਸ਼ਤੇ ਕਭੀ ਖਤਮ ਨਹੀਂ ਹੋਤੇ ਔਰ ਆਪ ਬਿਲੀਵ ਕਰੇ ਕਿ ਬੰਦੇ ਕੇ ਜਬ ਥੋੜੇ ਸੇ ਵੀ ਹਾਲਾਤ ਬਦਲਤੇ ਹੈ ਖੁਸ਼ਹਾਲ ਹੋਤਾ ਹੈ ਤੋ ਆਪਣੇ ਗਰੀਬ ਰਿਸ਼ਤੇਦਾਰੋਂ ਸੇ ਮਿਲਣਾ ਛੋੜ ਦਿੱਤਾ ਹੈ ਸਰ ਐਸਾ ਨਹੀਂ ਕਰਨਾ ਚਾਹੀਏ ਸਰ ਯਾਦ ਰੱਖੇ ਕਿ ਰਿਸ਼ਤੇ ਹੀ ਹਮਾਰੀ ਅਸਲ ਪਹਿਚਾਣ ਹੋਤੇ ਹੈ ਔਰ ਜਬ ਇਨਸਾਨ ਆਪਣੀ ਪਹਿਚਾਣ ਖੋ ਬੈਠੇ ਤੋ ਪੂਰੀ ਦੁਨੀਆ ਮੇ ਅਜਨਬੀ ਹੋ ਜਾਤਾ ਹੈ ਇਸ ਪੇ ਮੈਨੇ ਇੱਕ ਸ਼ੇਰ ਲਿਖਾ ਹੈ ਸਰ ਛੋਟਾ ਸਾ ਯੇ ਵੀ ਹਮਾਰਾ ਆਪਕਾ ਰਿਸ਼ਤਾ ਤਮਾਮ ਉਮਰ ਚਲੇ ਹਮਾਰਾ ਆਪਕਾ ਰਿਸ਼ਤਾ ਤਮਾਮ ਉਮਰ ਚਲੇ ਯੇ ਦੋ ਦਿਲੋਂ ਕਾ ਭਰੋਸਾ ਤਮਾਮ ਉਮਰ ਚਲੇ ਕਿਸੀ ਤਰ੍ਹਾਂ ਵੀ ਮੁਨਾਸਬ ਨਹੀਂ ਮੁਹੱਬਤ ਮੇ ਜ਼ਰਾ ਸੀ ਬਾਤ ਕਾ ਝਗੜਾ ਤਮਾਮ ਉਮਰ ਚਲੇ ਗੈਰੋਂ ਪੇ ਅਪਨੋ ਕੋ ਰਗਬਤ ਦੋ ਪਿਆਰ ਦੋ ਮੋਟਰਸਾਈਕਲ ਚਲਾਉਂਦਾ ਸੀ ਪਹਿਲੇ ਮੋਟਰਸਾਈਕਲ ਚਲਾ ਰਿਹਾ ਕਰੋ ਫੋਨ ਆਇਆ ਉੱਤੋਂ ਹੀ ਨਿਕਲ ਗਿਆ ਆਪ ਸੱਚੀ ਮੁੱਚੀ ਐਂਬੂਲੈਂਸ ਚਲਾਉਂਦੇ ਸੀ ਲਾਸ਼ ਲੈ ਕੇ ਜਾ ਰਹੇ ਕਰੋ ਫੋਨ ਆਇਆ ਕਿੱਥੇ ਕਹਿੰਦੇ ਮੈਂ ਮਾਲ ਲਾ ਕੇ ਆ ਰਿਹਾ ਫੈਸਲ ਡਾਕੂ ਸੀ ਨੇ ਐਂਬੂਲੈਂਸ ਰੋਕ ਲਈ ਕਹਿੰਦਾ ਜੋ ਕੁਝ ਹੈਗਾ ਕੱਢ ਦੇ ਉਹਨੇ ਲਾਸ਼ ਕੱਢ ਕੇ ਮੋਢੇ ਤੇ ਰੱਖ ਦਿੱਤੀ ਤੇ ਉਹੀ ਲਾਸ਼ ਤੂੰ ਲਿਆ ਕੇ ਨਾਲ ਭਾ ਲਈ ਤੇਰੇ ਵਰਗੇ ਵਕੀਲ ਨੂੰ ਜੱਜ ਸਾਹਿਬ ਪੁੱਛਣ ਆਪਕਾ ਕਿਆ ਕੇਸ ਹੈ ਸਰ ਬਾਹਰ ਬਾਰਿਸ਼ ਹੋ ਰਹੀ ਤਾਂ ਅੰਦਰ ਖਲੋਤਾ ਵਾਂ ਮੈਂ ਦੋ ਪੰਜ ਪੰਜ ਸੌ ਦੇ ਹੈ ਤੇਰੇ ਕੋਲ ਹਾਂਜੀ ਇੱਕ ਮੈਨੂੰ ਦੇ ਦੇ ਦਰਵਾਜ਼ਾ ਤਾਂ ਨਹੀਂ ਲਾਉਂਦੀ ਪਿੱਛੋਂ ਵੈਲਡ ਕਰਾ ਲੈਂਦੀ
तेरा अंदाज निराला सबसे। सर थैंक यू सर, ये आपके लिए है सर। गड्डी की चाबी दे दें तेन थे सुना जो सर मोहब्बत आपकी। तेरा अंदाज निराला सबसे, तूने शोहरत को संभाला सबसे। यू तो है और भी फनकार बहुत, तू है इंसान भी आला सबसे। वादादारी है तुझ में, तबीयत है तेरी पुर, ये हाथ मुझे दे दे ठाकुर, ये हाथ मुझे दे दे ठाकुर।